ਜਿਹੜਾ ਪ੍ਰੋਡਿਊਸਰ DXX ਆ, ਪਹਿਲੀ ਗੱਲ ਤਾਂ ਉਹ ਬੰਦਾ ਕਿੰਨੇ ਕੁ ਔਕਾਤ ਦਾ ਮਾਲਕ, ਉਹਦਾ ਪਤਾ ਲੱਗ ਗਿਆ ਪ੍ਰੇਮੀ ਨੇ ਸਾਲੇ, ਠੀਕ ਹੈ। ਲੱਖੇ ਸਧਾਣੇ ਨੇ ਉਹਨਾਂ ਦੇ ਪਿੰਡ ਜਾ ਕੇ ਕਿਹਾ ਕਿ ਉਹ ਬੰਦਾ ਪ੍ਰੇਮੀ, ਤੂੰ ਸਰਸਲ ਦਾ ਪ੍ਰੇਮੀ ਆ, ਇਹ ਆ ਜੋਆ ਬਵਾਂ ਨਾ ਵੀ ਮੈਨੂੰ ਕਹਿਣ ਵੀ ਮੈਂ ਪ੍ਰੇਮੀ ਆ, ਮੈਂ ਇਹਨੂੰ ਚੰਗੀ ਤਰ੍ਹਾਂ ਕਹਿਣਾ ਹਾਂ ਮੈਂ ਪ੍ਰੇਮੀ ਆ। ਸਾਲੇ ਉਹ ਤੁਹਾਡਾ ਪਿਤਾ ਜੀ ਦੇ ਜੇਲ੍ਹ 'ਚ ਬੈਠਾ ਹੋਇਆ ਸਰਸੇ ਵਾਲਾ, ਠੀਕ ਹੈ, ਅਤੇ ਤੁਸੀਂ ਸਾਲੇ ਇੱਥੇ ਬਾਹਰ ਗੰਦ, ਤੁਸੀਂ ਤਾਂ ਉੱਪਰ ਹੀ ਲਿਖਾ ਕੇ ਲਿਆ ਕਿ ਥੱਲੇ ਜਾ ਕੇ ਗੰਦ ਹੀ ਪਾਉਣਾ। ਉਹਦਾ ਵੀ ਕਰੈਕਟਰ ਇਹੋ ਜਿਹਾ ਸੀ, ਉਹ ਵੀ ਕੁੜੀਆਂ ਕਣੀਆਂ ਵਾਲੇ ਸਿਸਟਮ 'ਚ ਆਪਣਾ ਉਹ ਹੋਇਆ ਸੀ, ਅੰਦਰ ਗਿਆ ਮੇਰੇ ਖਿਆਲ। ਤੁਹਾਡਾ ਲੋਕਾਂ ਦਾ ਮਕਸਦ ਧਰਮਾਂ ਦੇ ਨਾਮ 'ਤੇ ਲੋਕਾਂ ਨੂੰ ਭੜਕਾਉਣਾ ਅਤੇ ਬਾਕੀ ਟਾਪੂ ਲਾਟੀ ਲੈਣੀ। ਸਾਲੇ ਕਿੱਡਾ ਕੁ ਸਲਮਾਨ ਖਾਨ ਆ ਤੂੰ, ਦੱਸੀ ਕਿੱਡਾ ਕੁ ਤੇਰਾ ਮੂੰਹ ਨਾ ਮੱਥਾ ਤੇਰਾ, ਤੇਰੀ ਬੁੜੀ ਵੀ ਰੱਖ ਦੇਊਗੀ, ਤੇਰੀ ਭੈਣ ਵੀ ਪੋਰਨ ਰੱਖ ਦੇਊਗੀ। ਤੂੰ ਜਿਹੜੀ ਵੀਡੀਓ ਪਾਉਂਦੀ ਆਪਣੀ ਭੈਣਾਂ ਨੂੰ ਬਹਿ ਕੇ ਵੇਖਦੇ ਹੋ, ਪੋਰਨ ਆਪਣੀ ਭੈਣਾਂ ਨੂੰ ਬਹਿ ਕੇ ਵੇਖਦੇ ਹੋ ਵੀ ਹਾਂ ਵੇਖ ਨਵੀਂ ਅਪਲੋਡ ਹੋਈ ਆ। ਅੱਜ ਤੀਕਰ ਕਾਫੀ ਉਮਰ ਹੋ ਗਈ, ਸ਼ਰਾਬ ਦਾ ਟੇਸਟ ਨਹੀਂ ਪਤਾ, ਕਹਿੰਦਾ ਕੌਣ ਦਾ ਪਦਵਾਨ ਆ ਨਾ, ਬਰਾ ਕੇ ਡੋਪ ਟੈਸਟ ਕਰਾ ਲਏ, ਨਸ਼ਾ ਆ ਜੇ ਮੇਰੇ ਵੀ, ਜਿਹੜਾ ਬੰਦਾ ਨਸ਼ਾ ਕਰਦਾ ਮੈਨੂੰ ਉੱਥੇ ਮੇਰਾ ਕਾਲਾ ਮੂੰਹ ਕਰਕੇ ਉੱਥੇ ਮੈਂ ਫੇਸਬੁੱਕ ਪੇਜ 'ਤੇ ਲਾਈਵ ਹੋਊਗਾ ਜੇ ਮੇਰੇ ਕਿਸੇ ਬਲੱਡ 'ਚ ਨਸ਼ਾ ਆ ਜਾਵੇ, ਮੇਰਾ ਡੋਪ ਟੈਸਟ ਜਦੋਂ ਮਰਜ਼ੀ ਕਰਾ ਲਿਓ। ਪੀ ਕੇ ਸ਼ਰਾਬਾਂ, ਪੀ ਕੇ ਮੀਟ, ਖਾ ਕੇ ਮੀਟ, ਠੀਕ ਆ, ਰੱਖ ਕੇ ਦਾੜੀਆਂ ਕੇਸ਼, ਅਤੇ ਆਪਦੇ ਆਪ ਨੂੰ ਸਿੱਖ ਕਹਾਉਣ ਲੱਗ ਜਾਂਦੇ। ਸਿੱਖ ਕਹਾਉਣ ਤੋਂ ਪਹਿਲਾਂ ਸਿੱਖ ਹੋਣ ਦਾ ਮਕਸਦ ਜ਼ਰੂਰੀ ਪਤਾ ਹੋਣਾ ਜ਼ਰੂਰੀ ਹੈ। ਤੇਰੇ ਪਿੰਡ ਲੱਖਾਂ ਸਧਾਣਿਆ, ਤੂੰ ਆਪਣੇ ਪਿੰਡੋਂ ਭੱਜ ਗਿਆ, ਤੂੰ 200 ਬੰਦੇ ਬਾਹਰੋਂ ਕੀ ਲੈ ਕੇ ਨਾ, ਤੂੰ ਆਪਣੇ ਪਿੰਡ ਆਪ ਹੀ ਨਹੀਂ ਖੜਿਆ, ਤੇਰੇ ਪਿੰਡ ਦੇ ਤੇਰੇ ਨਾਲ ਨਹੀਂ ਖੜਨ ਦੇ। ਜਿਵੇਂ ਸਰਸੇ ਵਾਲਾ ਗੱਲ ਕਰਦਾ ਉਵੇਂ ਗੱਲ ਕਰਦਾ, ਇੰਨੀ ਬਈ ਬੰਦੇ ਨੇ ਨਾ ਆਪਣੀ ਉਦੋਂ ਸਿੱਖਿਆ, ਆਪਣੀ ਉਹਦੇ ਡੇਰੇ ਰਹਿ ਕੇ ਆਇਆ, ਆਪਣੀ ਇਹਦੀਆਂ ਬੁੱਢੀਆਂ ਡੇਰੇ ਰਹਿ ਕੇ ਆਏ ਨੇ, ਆਪਣੇ ਆਪ ਡੇਰੇ ਰਹਿ ਕੇ ਆਏ ਹੋਏ ਨੇ। ਯੂਟਿਊਬ ਚਲਾ ਕੇ ਕਿਸੇ ਦੇ ਘਰ ਨਹੀਂ ਚੱਲਦੇ ਹੈਗੇ, ਸ਼ਿਫਟਾਂ ਲਾਉਂਦੇ ਆ, ਆਪਣਾ ਕਮਾਉਂਦੇ ਆ, ਖਾਂਦੇ ਆ, ਤਾਂ ਘਰ ਚੱਲਦੇ ਨੇ, ਕਿਸੇ ਦੇ ਬੰਦੇ ਦੇ ਯੂਟਿਊਬ 'ਤੇ ਘਰ ਨਹੀਂ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਕੁਝ ਦਿਨਾਂ ਤੋਂ ਪ੍ਰੋਡਿਊਸਰ DXX ਦੀ ਵੀਡੀਓ ਦਾ ਮੁੱਦਾ ਕਾਫੀ ਵਾਇਰਲ ਹੋ ਰਿਹਾ ਸੀ, ਤੇ ਅਖੀਰ ਪਿਛਲੇ ਦਿਨ ਹੀ ਪ੍ਰੋਡਿਊਸਰ DXX ਨੇ ਤੇ ਭਾਨਾ ਸਿੱਧੂ ਨੇ ਲਾਈਵ ਹੋ ਕੇ ਆਪਣੀ ਗਲਤੀ ਦੀ ਮਾਫ਼ੀ ਮੰਗ ਲਈ ਸੀ। ਇਸ ਤੋਂ ਬਾਅਦ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪ੍ਰੋਡਿਊਸਰ DXX ਨੂੰ ਸਰਸੇ ਵਾਲੇ ਦਾ ਪ੍ਰੇਮੀ ਤੇ ਹੋਰ ਵੀ ਕਾਫੀ ਕੁਝ ਪੁੱਠਾ ਸਿੱਧਾ ਕਿਹਾ ਜਾ ਰਿਹਾ ਹੈ। ਇਸ ਗੱਲ ਦਾ ਜਵਾਬ ਦਿੰਦੇ ਹੋਏ ਫਿਰ ਤੋਂ ਭਾਨਾ ਸਿੱਧੂ ਨੇ ਗਲਤ ਬੋਲਣ ਵਾਲਿਆਂ ਨੂੰ ਖੜੀਆਂ ਖੜੀਆਂ ਸੁਣਾਈਆਂ। ਆਓ ਜਾਣਦੇ ਹਾਂ ਇਸ ਗੱਲ ਤੇ ਭਾਨਾ ਸਿੱਧੂ ਨੇ ਕੀ ਜਵਾਬ ਦਿੱਤਾ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਪਹੁੰਚ ਸਕੇ। ਇਸ ਦੇ ਨਾਲ ਹੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ। ਨਹੀਂ ਗਾਲਾਂ ਕੱਢੋ, ਮੈਨੂੰ ਗਾਲਾਂ ਤੋਂ ਕੋਈ ਫਰਕ ਨਹੀਂ ਹੈਗਾ, ਸਾਨੂੰ ਜਿੰਨੀ ਮਰਜ਼ੀ ਗਾਲਾਂ ਕੱਢੋ ਕੋਈ ਚੱਕਰ ਨਹੀਂ ਹੈਗਾ, ਠੀਕ ਹੈ। ਅਤੇ ਉਹ ਕਹਿੰਦੇ ਨੇ ਤੂੰ ਪਹਿਲਾਂ ਉਹਦਾ ਫੋਲੋ ਕਰਦਾ ਸੀ, ਪ੍ਰੋਡਿਊਸਰ DXX ਨੂੰ ਫੋਲੋ ਕਰਦਾ ਸੀ, ਅਤੇ ਹੁਣ ਤੂੰ ਉਹਨੂੰ ਆਪਣਾ ਉਹ ਕਰ ਰਿਹਾ, ਉਹਨੂੰ ਅੱਜ ਹਿੱਟ ਹੋਣ ਲਈ ਉਹਨੂੰ ਗਾਲਾਂ ਕੱਢ ਦਿੰਦੇ ਹਾਂ। ਬਈ ਪਹਿਲਾਂ ਉਹਦੀ ਵੀਡੀਓ ਵੀ ਵਧੀਆ ਸਨ, ਜੇ ਮੈਂ ਉਹਨੂੰ ਪਹਿਲਾਂ ਫੋਲੋ ਕਰਦੀ ਉਹਦੀ ਵੀਡੀਓ ਵਧੀਆ ਸਨ, ਜਿਹੜੀ ਲਾਸਟ ਵਾਲੀ ਵੀਡੀਓ ਪਈ ਨਾ ਬਹੁਤ ਜ਼ਿਆਦਾ ਰੋਂਗ ਵੀਡੀਓ ਸੀ, ਠੀਕ ਹੈ। ਮੈਨੂੰ ਨਹੀਂ ਵਧੀਆ ਲੱਗੀ ਉਹ ਵੀਡੀਓ ਪਾ ਸਕਦਾ, ਮੈਂ ਵੀ ਵੀਡੀਓ ਪਾ ਦਿੱਤੀ, ਇਹ 'ਚ ਕੋਈ ਵੱਡੀ ਗੱਲ ਥੋੜ੍ਹੀ ਹੈ। ਲੋਕ ਕਹਿੰਦੇ ਨੇ ਤੂੰ ਪਬਲਿਸਿਟੀ ਕਰਨਾ, ਪਬਲਿਸਿਟੀ ਸਾਨੂੰ ਕੀ ਲੋੜ ਹੈ ਭਰਾਵਾ, ਆਪਣਾ ਇੱਥੇ ਬਾਹਰਲੀ ਕੰਟਰੀ 'ਚ ਬੈਠੇ ਹਾਂ, ਖਾਈ ਦਾ ਕਮਾਈ ਦਾ, ਇਹ ਕੋਈ ਯੂਟਿਊਬ ਚਲਾ ਕੇ ਕਿਸੇ ਦੇ ਘਰ ਨਹੀਂ ਚੱਲਦੇ ਹੈਗੇ, ਸ਼ਿਫਟਾਂ ਲਾਉਂਦੇ ਆ, ਆਪਣਾ ਕਮਾਉਂਦੇ ਆ, ਖਾਂਦੇ ਆ, ਤਾਂ ਘਰ ਚੱਲਦੇ ਨੇ, ਕਿਸੇ ਦੇ ਬੰਦੇ ਦੇ ਯੂਟਿਊਬ 'ਤੇ ਘਰ ਨਹੀਂ ਚੱਲਦੇ, ਠੀਕ ਹੈ। ਦੂਜੀ ਗੱਲ ਸਾਨੂੰ ਬਾਕੀ ਗੱਲ ਇੱਕ ਹੋਰ ਕਿ ਪਬਲਿਸਿਟੀ ਆਹ ਕੋਈ ਵੇ ਨਹੀਂ ਹੈਗਾ ਪਬਲਿਸਿਟੀ ਕਰਨਾ, ਜੇ ਪਬਲਿਸਿਟੀ ਹੁਣ ਮੈਂ ਕਰਨੀ ਹੈ ਨਾ, ਇੱਥੇ ਬੈਠਾ ਮੈਂ ਗਾਣਾ ਲਾ ਕੇ, ਠੀਕ ਹੈ, ਬੋਲ ਕੇ ਗਾਣਾ ਵੀਡੀਓ ਪਾ ਦਾਂ, ਦਿਨ ਦੀਆਂ 10 ਵੀਡੀਓ ਪਾਈ ਜਾਵਾਂ, ਬੰਦੇ ਕਈ ਇੰਨੇ ਵਿਹਲੇ ਨੇ ਹਰ ਤਰ੍ਹਾਂ ਦੀ ਵੀਡੀਓ ਵੇਖਦੇ ਨੇ, ਅਸੀਂ ਕੰਮ 'ਤੇ ਬੈਠੇ ਹੁੰਦੇ ਹਾਂ,
ਮੈਂ ਸਾਰੀ ਵੀਡੀਓ ਯੂਟਿਊਬ ਚੈੱਕ ਕਰੀ ਰਹਿੰਦਾ, ਸਾਰੀ ਯੂਟਿਊਬ ਵੇਖਦਾ, ਸਾਰੀ ਯੂਟਿਊਬ 'ਤੇ ਹਰ ਕੋਈ ਵੀਡੀਓ ਵੇਖਦਾ, 15 ਸਾਲਾਂ ਵਾਲੇ, 20 ਸਾਲਾਂ, 25 ਸਾਲਾਂ ਵਾਲੇ ਬੰਦੇ, 50 ਸਾਲਾਂ ਵਾਲੇ ਬੰਦੇ ਦੀ ਵੀਡੀਓ ਵੇਖੀ ਦੀ ਆ, ਚਾਈਨਾ ਵਾਲੇ ਦੀ ਵੀਡੀਓ ਵੇਖੀ ਜਾਂਦੀ ਨੇ, ਜਿਹੜੀ ਨਹੀਂ ਲੈਂਗੁਏਜ ਸਮਝਦੀ, ਚਾਈਨਾ ਜਪਾਨ ਵਾਲੀ ਵੀਡੀਓ ਵਿੱਚ ਵੇਖੀ ਜਾਂਦੀ ਨੇ, ਉਹ ਬੰਦਾ ਕਿੰਨੇ ਕੁ ਔਕਾਤ ਦਾ ਮਾਲਕ ਉਹਦਾ ਪਤਾ ਲੱਗ ਗਿਆ, ਪ੍ਰੇਮੀ ਨੇ ਸਾਲੇ, ਠੀਕ ਹੈ। ਲੱਖੇ ਸਿਧਾਣੇ ਨੇ ਉਹਨਾਂ ਦੇ ਪਿੰਡ ਜਾ ਕੇ ਕਿਹਾ ਵੀ ਉਹ ਬੰਦਾ ਪ੍ਰੇਮੀ ਹੈ, ਪ੍ਰੋਡਿਊਸਰ ਡੀ ਐਕਸ ਐਕਸ ਪ੍ਰੇਮੀ ਕਰਕੇ ਜਵਾਨੀ ਨੂੰ ਖਰਾਬ ਕਰ ਰਹੇ ਨੇ, ਰੰਗ ਵੀ ਹੋਰ ਫੜ ਗਿਆ ਮੁੱਦਾ, ਫਿਰ ਇਹ ਗੱਲ ਹੋਰ ਵੀ ਤੁਹਾਨੂੰ ਤੁਹਾਡੇ ਪਿੰਡ ਤੋਂ ਜਾ ਕੇ ਪਤਾ ਲੱਗੀ ਹੈ ਕਿ ਪ੍ਰੇਮੀ ਵੀ ਨੇ, ਪ੍ਰੇਮੀ ਨੇ ਜੇ ਮੁੱਦਾ ਹੀ ਰੰਗ ਹੀ ਕੋਈ ਰੰਗ ਵੀ ਹੋਰ ਫੜ ਗਿਆ ਮੁੱਦਾ, ਫਿਰ ਬੜਾ ਨੁਕਸਾਨ ਹੋਣਾ। ਅੱਛਾ ਪ੍ਰੇਮੀ ਸਾਲੇ, ਉਹ ਤੁਹਾਡਾ ਪਿਤਾ ਜੀ ਦੇ ਜੇਲ੍ਹ 'ਚ ਬੈਠਾ ਹੋਇਆ ਸਰਸੇ ਵਾਲਾ, ਠੀਕ ਹੈ, ਅਤੇ ਤੁਸੀਂ ਸਾਲੇ ਇੱਥੇ ਬਾਹਰ ਗੰਦ, ਤੁਸੀਂ ਤਾਂ ਉੱਪਰੇ ਲਿਖਾ ਕੇ ਲਿਆਇਓ ਕਿ ਥੱਲੇ ਜਾ ਕੇ ਗੰਦ ਹੀ ਪਾਉਣਾ ਸੀ, ਉਹਦਾ ਵੀ ਕਰੈਕਟਰ ਇਹੋ ਜਿਹਾ ਸੀ, ਉਹ ਵੀ ਕੁੜੀਆਂ ਕਣੀ ਵਾਲੇ ਸਿਸਟਮ 'ਚ ਆਪਣਾ ਉਹ ਹੋਇਆ ਸੀ, ਅੰਦਰ ਗਿਆ ਮੇਰੇ ਖਿਆਲ, ਅਤੇ ਤੁਸੀਂ ਵੀ ਸਾਲੇ ਮੇਰੇ ਖਿਆਲ ਆਪਣਾ ਲਾਈਵ ਹੋ ਕੇ ਕਹਿੰਦਾ ਮੈਂ ਕੁੜੀਆਂ ਮੈਨੂੰ ਕਮੈਂਟ ਮਾਰਨੇ ਬੰਦ ਕਰੋ, ਕੱਲ੍ਹ ਕੋਈ ਗੱਲ ਹੋ ਗਈ, ਕੁੜੀਆਂ ਜ਼ਿੰਮੇਵਾਰ ਹੋਣਗੀਆਂ, ਕੁੜੀਆਂ ਮੈਸੇਜ ਕਰਨ, ਕੋਲਸ ਬਹੁਤ ਆਉਂਦੀਆਂ ਕੁੜੀਆਂ, ਸਾਲੇ ਕਿੱਡਾ ਕੁ ਸਲਮਾਨ ਖਾਨ ਆ ਤੂੰ ਦੱਸੀ, ਕਿੱਡਾ ਕੁ ਤੇਰਾ ਮੂੰਹ ਨਾ ਮੱਥਾ ਤੇਰਾ, ਉਹ ਦੂਜਾ ਨਾਲ ਦਾ ਤੇਰਾ ਭਾਨਾ ਯਾਰ ਹੈ, ਉਹਨੇ ਕੱਲ੍ਹ ਵੀਡੀਓ ਪਾਈ ਇੱਕ, ਕਹਿੰਦਾ ਤੁਹਾਡੀ ਵੀਡੀਓ 'ਚ ਕੋਈ ਸੈਂਸ ਨਹੀਂ ਬਣਦੀ, ਪਹਿਲੀ ਗੱਲ, ਉਹ ਕਹਿੰਦਾ ਜਿੰਨੇ ਮੇਰੇ ਹੇਟਰਸ ਨੇ ਜਿਹੜੇ ਮੈਨੂੰ ਸਾਨੂੰ ਕਹਿੰਦੇ ਨੇ ਉਹ ਪਹਿਲਾਂ ਆਪਣਾ ਆਪ ਦੇਖਣ, ਮੈਂ ਉਹਨਾਂ ਦਾ ਫੋਨ ਜਾ ਕੇ ਚੈੱਕ ਕਰੂੰ, ਹਰ ਕਿਸੇ ਫੋਨ 'ਚ ਪੋਰਨ ਹੋਊਗੀ, ਠੀਕ ਹੈ, ਫਿਰ ਇਹਦਾ ਮਤਲਬ ਜੇ ਤੈਨੂੰ ਪਤਾ ਸਭ ਦੇ ਫੋਨ 'ਚ ਪੋਰਨ ਹੋਊਗੀ, ਤੇਰੇ ਘਰ ਦੀ ਵੀ ਪੋਰਨ ਰੱਖਦੇ ਹੋਣਗੇ, ਤੇਰੀ ਬੁੜੀਆਂ ਵੀ ਰੱਖਦੀਆਂ, ਤੇਰੀ ਬੁੜੀ ਵੀ ਰੱਖਦੀ ਹੋਈ, ਤੇਰੀ ਭੈਣ ਵੀ ਪੋਰਨ ਰੱਖਦੀ ਹੋਊਗੀ, ਚੱਲ ਜੇ ਤੂੰ ਕੱਲ੍ਹ ਕਹਿ ਵੀ ਦਿੱਤੀ ਪੋਰਨ ਹੋਊਗੀ, ਪੋਰਨ ਵਾਲੀ ਕਿੱਡੀ ਗੱਲ ਆ, ਤੁਹਾਡੀ ਗੱਲ ਦੀ ਕੋਈ ਟੋਕੀ ਨਹੀਂ ਬਣਦਾ, ਪੋਰਨ ਹੋਊਗੀ ਕੋਈ ਵੱਡੀ ਗੱਲ ਨਹੀਂ, ਕੋਈ ਨਾ ਵੇਖਦਾ ਪੋਰਨ, ਜੇ ਵੇਖਦੇ ਵੀ ਨੇ ਆਪਣੇ ਘਰ ਬਹਿ ਕੇ ਵੇਖਦੇ, ਕੋਈ ਪ੍ਰਾਈਵੇਸੀ ਹੁੰਦੀ ਆ, ਤੁਸੀਂ ਤਾਂ ਸਾਰੇ ਮੇਰੇ ਗੱਲ ਘਰ ਬਹਿ ਕੇ ਇਕੱਠੇ ਵੇਖਦੇ ਹੋਗੇ ਫਿਰ ਪੋਰਨ, ਜੇ ਤੁਹਾਨੂੰ ਐਡੀ ਗੱਲ ਕਹਿੰਦਾ ਤੂੰ ਕਿ ਉਹਦੇ ਫੋਨ 'ਚ ਪੋਰਨ ਹੈ, ਅਤੇ ਜੇ ਵੇਖਦੇ ਵੀ ਨੇ ਅਗਲੇ ਆਪਣੀ ਪ੍ਰਾਈਵੇਸੀ ਹੈ ਕੋਈ, ਇਹ ਥੋੜ੍ਹੀ ਕਿ ਮਤਲਬ ਤੁਹਾਡੇ ਵਾਂਗੂ ਵੀਡੀਓ ਪਾਈ ਜਾਂਦੇ ਨੇ, ਤੂੰ ਜਿਹੜੀ ਵੀਡੀਓ ਪਾਉਂਦੀ ਆਪਣੀ ਭੈਣਾਂ ਨੂੰ ਬਹਿ ਕੇ ਵੇਖਦੇ ਹੋ, ਪੋਰਨ ਆਪਣੀ ਭੈਣਾਂ ਨੂੰ ਬਹਿ ਕੇ ਵੇਖਦੇ ਵੀ ਹਾਂ ਵੇਖ ਨਵੀਂ ਅਪਲੋਡ ਹੋਈ ਆ। ਦੂਜੀ ਗੱਲ ਉਹਦੀ ਪ੍ਰੋਡਿਊਸਰ ਡੀ ਐਕਸ ਐਕਸ ਦੀ, ਇਹ ਬੰਦੇ ਨੂੰ ਇਸ ਟਾਈਮ ਬਹੁਤ ਜ਼ਿਆਦਾ ਲੋੜ ਆ, ਹੈਲਪ ਦੀ ਲੋੜ ਆ, ਜੇ ਨਹੀਂ ਯਕੀਨ ਇਹਦੀ ਆ ਵੀਡੀਓ ਵੇਖਿਓ, ਇਹ ਬੰਦਾ ਆਪ ਤਿੰਨ ਬੰਦੇ ਮਾਰਨ ਆਏ ਸੀ, ਅੱਛਾ ਮਾਰਨ ਆਏ ਸੀ ਸਾਲੇ, ਉਹ ਪਹਿਲਾਂ ਵੀ ਕਹਿੰਦੇ ਸੀ ਸਾਨੂੰ ਡਰ ਨਹੀਂ ਕਿਸੇ ਦਾ, ਵੇਖਾਂਗੇ ਜੇ ਕੋਈ ਸਾਡੀ ਗੱਲ ਪਊਗਾ ਅਸੀਂ ਵੀ ਗੱਲ ਪਾਵਾਂਗੇ, ਪੈ ਜਾਂਦੇ ਗੱਲ ਜਿਹੜੇ ਤਿੰਨ ਬੰਦੇ ਮਾਰਨ ਆਏ ਸੀ, ਅੱਛਾ ਘਰੋਂ ਭੱਜੇ ਹੋਏ ਆ, ਗੱਲਬਾਤ ਹੁੰਦੀ ਹੈ ਤਾਂ ਸਾਡਾ ਲੈ ਵੀ ਜੇਲ੍ਹਾਂ ਦੇ ਵਿੱਚ ਬੈਠੇ ਸਾਰੇ ਯਾਰ ਦੀ ਸਾਰੇ ਪੰਜਾਬ ਦੇ ਵਿੱਚ ਨੌਜਵਾਨ ਦੇਖ ਰਹੇ ਨੇ, ਸਾਰੇ ਜ਼ਿੰਮੇਵਾਰ ਇਹ ਤਿੰਨ ਬੰਦੇ ਨੇ, ਲੱਖਾਂ ਸਾਹਿਬ ਨੇ ਦੋ ਬੰਦੇ ਮੋੜ ਕੇ, ਕੱਲ੍ਹ ਨੂੰ ਸਾਡੀ ਵਾਰਦਾਤ ਹੁੰਦੀ ਹੈ ਤਾਂ ਤੁਸੀਂ ਜ਼ਿੰਮੇਵਾਰ ਹੋ, ਅਤੇ ਬਾਕੀ ਕੰਮ ਫਿਰ ਜਨਤਾ ਦਾ ਕੰਮ ਤੁਸੀਂ ਕਰਨਾ, ਅੱਛਾ ਜਨਤਾ ਦਾ, ਜਮਾਂ ਜਿਵੇਂ ਸਰਸੇ ਵਾਲਾ ਗੱਲ ਕਰਦਾ ਉਵੇਂ ਗੱਲ ਕਰਦਾ ਪਿਆ, ਤੋ ਇੰਨੀ ਬਈ ਬੰਦੇ ਨੇ ਨਾ ਪਣੀ ਉਦੋਂ ਸਿੱਖਿਆ, ਆਪਣੀ ਉਹਦੇ ਡੇਰੇ ਰਹਿ ਕੇ ਆਇਆ, ਆਪਣੀ ਇਹਦੀਆਂ ਬੁੱਢੀਆਂ ਡੇਰੇ ਰਹਿ ਕੇ ਆਏ ਨੇ, ਪਤਾ ਆਪ ਡੇਰੇ ਰਹਿ ਕੇ ਆਏ ਹੋਏ ਨੇ, ਜਮੀ ਉਹਦੇ ਵਾਂਗੂ ਗੱਲ ਕਰਦਾ, ਇਹ ਤਾਂ ਪੱਕਾ, ਮੈਨੂੰ ਪਹਿਲਾਂ ਵੀ ਡਾਊਟ ਸੀ, ਉਹਨੇ ਬਾਈ ਨੇ ਲੱਖੇ ਸਿਧਾਣੇ ਨੇ ਗੱਲ ਕਹੀ ਹੈ, ਪ੍ਰੇਮੀ ਨੇ ਸੱਚੀ ਪ੍ਰੇਮੀ ਹੈਗੇ ਨੇ, ਤਾਂ ਹੀ ਪਿੰਡ ਵਿੱਚ ਜਾ ਕੇ ਗੱਲ ਕਹਿਤੀ ਉਹਨੇ, ਗੈਂਗਸਟਰ, ਅੱਛਾ ਜੱਟ ਸਕਿਉਰਟੀ ਕੋਈ ਨੀ ਸੁਣੀ,
ਅੱਛਾ ਆਹ ਬੰਦਾ ਪਹਿਲਾਂ ਕਹਿੰਦਾ ਸੀ ਸਾਨੂੰ ਕਹਿੰਦਾ ਕਿਸੇ ਡਰ ਹੀ ਨਹੀਂ, ਅੱਜ ਇੱਕ ਵੀਡੀਓ ਪਾਵਾਂਗੇ, ਦੋ ਵੀ ਪਾਵਾਂਗੇ, ਤਿੰਨ ਵੀ ਪਾਵਾਂਗੇ, ਸਾਰੀਆਂ ਪਾਣੀਆਂ ਨੇ। ਬਾਕੀ ਜਿਹੜੇ ਥੱਲੇ ਮੈਨੂੰ ਕਮੈਂਟ ਮਾਰਦੇ ਨੇ ਜਾਂ ਉਹਨੂੰ ਪ੍ਰੋਡਿਊਸਰ ਰਿਕਸ ਨੂੰ ਜਿਹਨੇ ਜੀਜਾ ਬਣਾਇਆ ਜਿਹਨਾਂ ਨੇ, ਸਾਲੇ ਜਾ ਕੇ ਇਹਨੂੰ ਸਪੋਰਟ ਕਰੋ। ਇਸ ਟਾਈਮ ਬੰਦੇ ਨੂੰ ਸਪੋਰਟ ਦੀ ਲੋੜ ਆ। ਮੈਂ ਕੱਲ੍ਹ ਵੀ ਵੀਡੀਓ ਵਿੱਚ ਗੱਲ ਕਹੀ ਸੀ ਕਿਸੇ ਬੰਦੇ ਨੇ ਸਪੋਰਟ ਨਹੀਂ ਕਰਨੀ, ਅਤੇ ਉਹੀ ਗੱਲ ਆ। ਇਸ ਟਾਈਮ ਸਿਰਫ ਦੋ ਬੰਦੇ ਨੇ ਘਰੋਂ ਭੱਜੇ ਹੋਏ ਨੇ, ਜਿਹੜੇ ਇਹਦੇ ਨਾਲ ਦੇ ਬੰਦੇ ਨੇ, ਜਿਹੜੇ ਇਹਦੇ ਟੀਮ ਵਾਲੇ ਬੰਦੇ ਸਨ, ਉਹ ਵੀ ਸਭ ਸਾਈਡ 'ਤੇ ਨੇ। ਕੋਈ ਬੰਦਾ ਸਪੋਰਟ ਨਹੀਂ ਕਰਦਾ ਭਰਾਵਾ, ਅਸੀਂ ਬੜੇ ਕੰਮ ਦੇਖੇ ਹੋਏ ਨੇ ਐਵੇਂ ਦੇ, ਠੀਕ ਹੈ। ਜਿੰਨੇ ਇਹਦੇ ਨਾਲ ਦੇ ਬੰਦੇ ਨੇ, ਠੀਕ ਹੈ, ਇਹਦੇ ਨਾਲ ਵੀਡੀਓ 'ਚ ਆ ਗਏ, ਜਿਨ੍ਹਾਂ ਨੇ ਵੀਡੀਓ ਬਣਾਈ ਸੀ, ਜਾਂਦੇ ਸਾਰੀ ਤੇਰੀ ਟੀਮ, ਤੇਰੀ ਟੀਮ, ਮੈਂ ਤਾਂ ਕੱਲ੍ਹ ਇਹੀ ਗੱਲ ਕੀ ਸੀ, ਤੇਰੇ ਜਿਹੜੇ ਪਿੰਡ ਦੇ ਚਾਰ ਪੰਜ ਨਾਲ ਨੇ, ਚਾਰਾਂ ਵਿੱਚੋਂ ਹੀ ਤੇਰਨਾ ਇੱਕ ਖੜਾ। ਬਾਹਰਲਿਆਂ ਦਾ ਕੀ ਕਰਨਾ, ਬਾਹਰਲਿਆਂ ਨੂੰ ਹੁਣ ਇਕੱਠੇ ਕਰਕੇ ਖਾ, 100-200 ਬੰਦਾ ਫੋਨ ਕਰ ਕਿ ਹਾਂ ਬਾਈ ਮੈਨੂੰ ਇੱਥੇ ਲੋੜ ਆ, ਜਾਂ ਉਹਦੇ ਪਿੰਡ ਜਾਣਾ, ਜਾਂ ਲੱਖੇ ਸਧਾਣੀ ਨੂੰ ਮਿਲ ਕੇ ਆਉਣਾ। ਤੂੰ ਤਾਂ ਆਪਦੇ ਪਿੰਡ, ਤੇਰੇ ਪਿੰਡ ਆ ਲੱਖੇ ਸਧਾਣਾ, ਤੂੰ ਤਾਂ ਆਪਣੇ ਪਿੰਡੋਂ ਭੱਜ ਗਿਆ। ਤੂੰ 200 ਬੰਦੇ ਬਾਹਰੋਂ ਕੀ ਲੈ ਕੇ ਆਉਣਾ, ਤੂੰ ਆਪਣੇ ਪਿੰਡ ਆਪ ਨਹੀਂ ਖੜਿਆ, ਤੇਰੇ ਪਿੰਡ ਤੇਰੇ ਨਾਲ ਨਹੀਂ ਖੜਨ ਦੇ। ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਚਾਰ ਜਾਂ ਪੰਜ ਬੰਦੇ ਖੜਨੇ, ਚਾਰਾਂ ਵਿੱਚੋਂ ਚਾਰ ਵੀ ਨਹੀਂ ਖੜੇ, ਇੱਕ ਬੰਦਾ ਖੜਾ ਤੇਰੇ ਨਾਲ, ਉਹ ਵੀ ਕਹਿੰਦਾ ਅਸੀਂ ਭੱਜੇ ਹੋਏ ਹਾਂ, ਸਕੂਟਰੀ 'ਤੇ ਤਿੰਨ ਬੰਦੇ ਸਾਨੂੰ ਮਾਰਨ ਨੂੰ ਪੈ ਗਏ। ਜੇ ਏਡੇ ਹਿੱਕ ਵਾਲੇ ਬੰਦੇ ਹੋ, ਜਾਂ ਤਾਂ ਜੁੱਤੀਆਂ ਖਾਈ ਲਓ, ਇੱਕ ਵਾਰੀ ਪਤਾ ਲੱਗ ਜਾਏਗਾ। ਤੇਰੇ ਜਿਹੜੇ ਤੇਰੇ ਫੈਨ ਨੇ, ਉਹ ਵੀ ਕਹਿਣਗੇ ਹਾਂ ਵੀ ਸਾਡੇ ਵੀਰ ਨੇ, ਸਾਡੇ ਪਿਤਾ ਜੀ ਦੇ ਮੁੰਡੇ ਨੇ, ਹਾਂ ਵੀ ਜੁੱਤੀਆਂ ਖਾਧੀਆਂ ਸਨ, ਹੈਗਾ ਬੰਦਾ ਖਲੋਤਾ ਰਿਹਾ। ਭਰਾਵਾ ਕੋਈ ਸਪੋਰਟ ਨਹੀਂ ਕਰਦਾ ਹੁੰਦਾ, ਸਭ ਪੰਪ ਦੇ ਦਿੰਦੇ ਨੇ, ਨਾ ਲੋਕਾਂ ਦੀ ਗੱਲਾਂ 'ਚ ਆ, ਚੰਗਾ ਰਹੇਗਾ ਭਰਾਵਾ। ਤੇਰੇ ਪਵਾ ਦੇਣੀਆਂ, ਤੇਰੇ ਪੱਕਾ ਜੁੱਤੀਆਂ ਪਵਾ ਦੇਣੀਆਂ ਨੇ, ਜਿਵੇਂ ਲੱਗੇ ਹੋਏ ਨੇ। ਤੂੰ ਆਪ ਹੀ ਕਹਿੰਦਾ ਮੈਂ ਤਿੰਨ ਬੰਦੇ ਸਕੂਟਰੀ ਦੇ ਉੱਪਰ ਮੇਰੇ ਗਲ ਪੈਣ ਲੱਗੇ ਸਨ, ਅਸੀਂ ਭੱਜੇ ਹਾਂ ਉੱਥੋਂ, ਅਤੇ ਪੈਰ ਨਾਲੀਆਂ ਨੇ ਤੇਰੇ, ਤੇਰੇ ਪੈ ਵੀ ਜਾਣੀਆਂ ਨੇ ਹੁਣ ਥੋੜ੍ਹੀ ਦੇਰ ਤੱਕ। ਲੋਕਾਂ ਦਾ ਖੇੜਾ ਛੱਡ ਦੇ, ਲੋਕ ਪੰਪ ਦਿੰਦੇ ਨੇ, ਲੋਕਾਂ ਨੇ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ, ਤੇਰੀ ਫੈਮਿਲੀ ਵਾਲੇ ਨੇ ਜਿਹੜੇ ਤੇਰੇ ਨਾਲ ਖੜਨੇ, ਹੋਰ ਕਿਸੇ ਨੇ ਨਾਲ ਖੜਨਾ। ਕਮੈਂਟ ਵੱਡੇ ਖਾਲਸੇ ਬਦਬਾਨ ਥੱਲੇ ਕਮੈਂਟ ਮਾਰੀ ਜਾਂਦੇ ਨੇ ਨਾ, ਮੈਂ ਕਾਫੀ ਦੇ ਪੜ੍ਹੇ ਸੀਗੇ, ਤੂੰ ਇਹ ਆ ਚਾਹਵਾਂ ਬਹਾਂ। ਮੈਂ ਉਹਨਾਂ ਨੂੰ ਚੈਲੰਜ ਕਰਦਾ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਮੇਰੇ ਸਾਹਮਣੇ ਆ ਕੇ ਤੁਸੀਂ ਬੈਠੋ। ਵਾਹਿਗੁਰੂ ਦੀ ਕਿਰਪਾ ਨਾਲ ਬੰਦੇ ਦੀ ਕਿਸੇ ਦੀ ਔਕਾਤ ਨਹੀਂ ਹੈਗੀ, ਬੰਦੇ ਦੀ ਕਿਸੇ ਦੀ ਔਕਾਤ ਨਹੀਂ ਹੈਗੀ। ਜਪਜੀ ਸਾਹਿਬ ਦੀ ਬਾਣੀ ਪਰਮਾਤਮਾ ਦੀ ਕਿਰਪਾ ਦੇ ਨਾਲ, ਕੁਛ ਕੁ ਪੌੜੀਆਂ ਰਹਿੰਦੀਆਂ ਨੇਗੀਆਂ, ਕੰਠ ਹੋਣ ਵਾਲੀਆਂ ਨਹੀਂ, ਜਪਜੀ ਸਾਹਿਬ ਕੰਠ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ। 38 ਪੌੜੀਆਂ ਨੇ, 2 ਸਲੋਕ ਨੇ ਜਪਜੀ ਸਾਹਿਬ ਦੇ ਵਿੱਚ, 38 ਪੌੜੀਆਂ ਨੇ, 2 ਸਲੋਕ ਨੇ ਜਪਜੀ ਸਾਹਿਬ ਦੇ ਵਿੱਚ, ਦੋਨੇ ਦਾ ਸਲੋਕ ਅਤੇ ਕੁਛ ਕੁ ਪੌੜੀਆਂ ਰਹਿੰਦੀਆਂ ਨੇ ਪਰਮਾਤਮਾ ਦੀ ਕਿਰਪਾ ਨਾਲ ਕੰਠ ਹੋਣ ਵਾਲੀਆਂ। ਜਿਹੜੇ ਆਪ ਭਕਾਈ ਮਾਰੀ ਜਾਂਦੇ ਨੇ ਮੇਰੇ ਸਾਹਮਣੇ ਆ ਕੇ ਬੈਠੇ ਹੋ, ਅਤੇ ਸਟੀਕ ਜਾਂ ਉਹਦਾ ਮੇਰੇ ਹਰ ਟਾਈਮ ਮੇਰੇ ਆਪਣੇ ਕਾਰ ਦੇ ਵਿੱਚ ਸਟੀਕ ਦੇ ਪੂਰੀ ਪੂਰੀ ਵਿਆਖਿਆ ਹੁੰਦੀ ਹੈ। ਜਿਹੜਾ ਲੋਕ ਗੱਲ ਕਰ ਰਹੇ ਨੇ ਨਾ ਵੀ ਇਹ ਜਾਓ ਵਾਹੋ, ਮੈਂ ਕਹਿੰਦਾ ਵੀ ਤੁਹਾਡਾ ਲੋਕਾਂ ਦਾ ਮਕਸਦ ਧਰਮਾਂ ਦੇ ਨਾਮ 'ਤੇ ਲੋਕਾਂ ਨੂੰ ਭੜਕਾਉਣਾ ਅਤੇ ਬਾਕੀ ਫੁੱਦੂ ਪਾਪੂ ਲਾਟੀ ਲੈਣੀ। ਪੰਜਾਬ ਦੇ ਲੋਕ ਜਿਹੜੇ ਬਾਹਰਲੇ ਦੇਸ਼ਾਂ ਵੱਲ ਤਰੱਕੀ ਝਾਤ ਮਾਰੋ, ਇਸੇ ਕਰਕੇ ਦਾ ਜਿਹੜੀ ਜਲਸੀ ਤੁਸੀਂ ਲੋਕਾਂ ਨੂੰ ਦੇਖ ਕੇ ਕਰਦੇ ਹੋ, ਤੁਹਾਡੀ ਜਲਸੀ ਹੋਣ ਦੇ ਕਾਰਨ ਹੀ ਪੰਜਾਬ ਪਿੱਛੇ ਹੈ। ਤੁਸੀਂ ਹਰ ਇੱਕ ਨੂੰ ਆਪਣੇ ਲੋਕਾਂ ਦੇ, ਆਪਣੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਕਾਰਨ ਇਹੀ ਹੈ ਵੀ ਇੱਕ ਦੂਸਰੇ ਨੂੰ ਦੇਖ ਕੇ ਜਲਣਾ। ਕਿਸੇ ਨੇ ਗੱਡੀ ਲਿਆਤੀ, ਕਿਸੇ ਨੇ ਮੰਨ ਕੇ ਚਲੋ ਆਪਦੀ ਗੱਡੀ ਲਿਆਤੀ, ਉਹਨੂੰ ਦੇਖ ਕੇ ਸਾਡੇ ਪਿੰਡਾਂ ਦੇ ਵਿੱਚ ਇੱਕ ਦੂਸਰੇ ਇੰਨਾ ਜਲਦੇ ਉਹ ਸੜਦੇ ਨੇ ਵੀ ਇਹਨੇ ਕਿਉਂ ਇਹ ਤਰੱਕੀ ਕਰ ਰਿਹਾ। ਉਹ ਤੂੰ ਸਰਸਲ ਦਾ ਪ੍ਰੇਮੀ ਆ, ਇਹ ਆ ਜਾਵਾਂ ਬਵਾਂ। ਪਰ ਦੂਜੀ ਗੱਲ ਇਹ, ਪ੍ਰੇਮੀ ਦਾ ਅਰਥ ਸੁਣ ਲਓ, ਪ੍ਰੇਮੀ ਦਾ ਅਰਥ ਕੀ ਹੁੰਦਾ? ਪ੍ਰੇਮੀ ਦਾ ਅਰਥ ਹੁੰਦਾ ਪ੍ਰੇਮ ਕਰਨਾ, ਠੀਕ ਹੈ। ਪ੍ਰੇਮੀ ਦਾ ਜਿਹੜਾ ਕਹਿੰਦਾ ਵੀ ਪ੍ਰੇਮੀ ਆ ਮੈਨੂੰ, ਮੈਂ ਕਹਿੰਦਾ ਵੀ ਮੈਨੂੰ ਕਹਿਣ ਵੀ ਮੈਂ ਪ੍ਰੇਮੀ ਹਾਂ, ਮੈਂ ਇਹਨੂੰ ਚੰਗੀ ਤਰ੍ਹਾਂ ਕਹਿਣ ਹਾਂ ਮੈਂ ਪ੍ਰੇਮੀ ਹਾਂ, ਠੀਕ ਹੈ। ਪ੍ਰੇਮੀ ਦਾ ਅਰਥ ਹੁੰਦਾ ਪ੍ਰੇਮ ਕਰਨ ਵਾਲਾ, ਠੀਕ ਹੈ। ਘਰੇ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਘਰੇ ਰੋਜ਼, ਠੀਕ ਹੈ ਵੀ ਆਹ ਜਿਹੜਾ ਗੱਲਾਂ ਆਉਂਦੀਆਂ ਨੇ ਇਹਨਾਂ ਦੇ ਵਿੱਚ, ਆਹ ਹੁਣ ਹਾਲਾਤ ਇਹੋ ਜਿਹੇ ਆ ਗਏ ਇਹਨਾਂ ਦੇ ਵਿੱਚ ਨਹੀਂ ਰੋਜ਼ ਪਾਠ ਕਰਿਆ। ਆਉਣ ਵਾਲੇ ਟਾਈਮ ਦੇ ਵਿੱਚ ਪਰਮਾਤਮਾ ਕਿਰਪਾ ਕਰੇ, ਦਾੜੀ ਵਾਲੇ ਜੀ ਸਾਰਾ ਕੁਛ ਹੋਣਗੇ, ਕਿਉਂਕਿ ਇੱਕ ਸਿੱਖ ਦਾ ਫਰਜ਼ ਹੈ ਵੀ ਦਾੜੀ ਕੇਸ ਉਹਦੇ ਹੋਣੇ। ਇਸ ਤੋਂ ਪਹਿਲਾਂ ਬੰਦਾ ਕੋਈ ਨਸ਼ਾ ਪੱਤਾ ਕਰਨਾ, ਇਹ ਥੋੜ੍ਹਾ ਵੀ ਮੈਂ ਦਾੜੀ ਕੇਸ ਰੱਖਿਆ ਵੀ ਮੈਂ ਕੋਈ, ਠੀਕ ਆ, ਮੈਂ ਗਲਤ ਬੋਲਦਾ ਫਿਰਦਾ, ਇਹ ਸਾਰੀਆਂ ਗੱਲਾਂ ਇਸ ਤੋਂ ਪਹਿਲਾਂ ਪੂਰੀਆਂ ਹੋਣੀਆਂ ਜ਼ਰੂਰੀ ਨੇਗੀਆਂ। ਇੱਕ ਗੱਲ ਹੋਰ ਕੰਨ ਖੋਲ੍ਹ ਕੇ ਸੁਣ ਲਿਓ, ਗੁਰਸਿੱਖਾਂ ਦੁਆਰੇ ਫੇਰ ਕੇ ਜਿਹੜੇ ਹੁਣ ਲਾਈਵ ਦੁਆਰੇ ਦੇਖੇ ਹੋਏ ਨੇ, ਸਾਡੀ ਫੈਮਿਲੀ ਦੇ ਵਿੱਚ ਮੇਰੀ ਦਾਦੀ ਦਾ ਅੰਮ੍ਰਿਤ ਛਕਿਆ ਹੋਇਆ ਹੈ। ਅਤੇ ਜਿਹੜੇ ਆਪਦੇ ਆਪ ਨੂੰ ਕਹਿੰਦੇ ਤਾਂ ਉਹਦੇ ਨਾਲ ਦੁਬਾਰਾ ਕਿਤੇ ਮਰਜ਼ੀ ਬਹਿ ਕੇ ਮੇਰੇ ਨਾਲ ਗੱਲਬਾਤ ਕਰ ਲਓ, ਕਮੈਂਟ ਮਾਰਿਓ ਨਾ, ਤੂੰ ਬਾਈ ਸਤਿਸ਼ਾਲ ਦਾ ਪ੍ਰੇਮੀ ਆ, ਇਹ ਆ ਚਾਹਵਾਂ ਬਹੁਆਂ, ਠੀਕ ਹੈ। ਲੱਡੂ ਬੰਦੇ ਅੱਖ ਚੱਕ ਕੇ ਲਾਇਵ ਹੋ ਜਾਂਦੇ ਨੇਗੇ, ਕਮੈਂਟ ਮਾਰਨ ਲੱਗ ਜਾਂਦੇ ਨੇਗੇ, ਕਦੇ ਅੱਜ ਤੱਕ ਧਰਮ ਦੀ ਕੋਈ ਗੱਲ ਨਹੀਂ ਕਰੀ। ਅੱਜ ਪਹਿਲੀ ਵਾਰ ਤਾਂ ਇਹ ਗੱਲ ਕਰਨੀ ਪਈ
ਕਿਉਂਕਿ ਹਟੇ ਹੀ ਨਹੀਂ ਗਏ ਗਾਂਡ ਪੰਗੇ ਲੈਣ। ਤੁਸੀਂ ਮੈਂ ਗੱਲ ਕਹਿਣਾ ਵੀ ਤੁਸੀਂ ਤੁਹਾਡੀ ਤੁਹਾਡੇ ਪੰਜਾਬ ਵਾਲਿਆਂ ਦੇ ਵਿੱਚ ਤੁਹਾਡਾ ਪੰਜਾਬ ਕਿਉਂ ਨਹੀਂ ਤਰੱਕੀ ਕਰ ਸਕਦਾ? ਤੁਹਾਡਾ ਇੱਕੋ ਹੀ ਕਾਰਨ ਹੈ, ਦੇਖ ਕੇ ਹਰ ਇੱਕ ਬੰਦੇ ਨੂੰ ਜਲਸੀ ਕਰਨਾ, ਤਰੱਕੀ ਕਰਨਾ, ਉਹ ਜਿਹੜਾ ਬੰਦਾ ਮਾੜੀ ਮੋਟੀ ਤਰੱਕੀ ਕਰਦਾ ਉਹਨੂੰ ਦੇਖ ਕੇ ਸੜਨਾ, ਬਸ ਤੁਹਾਡਾ ਇੱਕੋ ਇੱਕ ਮਕਸਦ ਆ ਸੜਨਾ। ਜਿੱਦਣ ਇਹ ਤੁਸੀਂ ਸੜਨਾ ਛੱਡ ਦੋਗੇ ਤੁਹਾਡੀ ਆਪ ਦੀ ਤਰੱਕੀ ਹੋਊਗੀ, ਤੁਸੀਂ ਆਪ ਵੀ ਤਰੱਕੀ ਦੇ ਰਸਤੇ 'ਤੇ ਜਾਓਗੇ। ਸਿੱਧੀ ਗੱਲ ਕਰ ਜਿਹੜੇ ਮੈਂ ਤਾਂ ਕਹਿੰਦਾ ਵੀ ਗਾਂਡ ਮਚਾਉਣਾ ਮਚਾਈ ਜਾਓ, ਮੈਂ ਸਪਸ਼ਟ ਗੱਲ ਕਹਿਣਾ ਗਾਂਡ ਮਚਾਓ, ਪਰ ਜਿਹੜੇ ਪਿਆਰ ਕਰਦੇ ਨੇ ਉਹ ਪਿਆਰ ਕਰਦੇ ਹੀ ਰਹਿਣਗੇ। ਮੈਂ ਤਾਂ ਸਪਸ਼ਟ ਗੱਲ ਕਹਿਣਾ ਮਚਾਓ, ਮੈਂ ਤਾਂ ਬੋਲਦਾ ਮੈਂ ਤਾਂ ਹੀ ਬੋਲੂੰਗਾ, ਜਿਹੜਾ ਜਿਹੜੇ ਨੇ ਮਚਾਉਣਾ ਮਚਾਓ, ਪਰ ਮੇਰੀ ਪੂਰੀ ਗੱਲ ਸੁਣਿਓ, ਲਾਈਵ ਦੇ ਵਿੱਚ ਜਿਹੜੀ ਗਾਂਡ ਮਚਾਉਣੀ ਮਚਾਓ, ਲੋਕਾਂ ਦਾ ਕੰਮ ਮੱਚਣਾ ਮੱਚੋ। ਚਲੋ ਠੀਕ ਆ ਬਾਈ, ਅਤੇ ਆਪਾਂ ਪ੍ਰੋਡਿਊਸਰ ਦੀ ਗੱਲ ਕਰਦੇ, ਪ੍ਰੋਡਿਊਸਰ ਗਿਆ ਹੋਇਆ ਇਸ ਟਾਈਮ, ਪ੍ਰੋਡਿਊਸਰ ਇਸ ਟਾਈਮ ਉਹ ਗਿਆ ਹੋਇਆ, ਮੈਂ ਇਕੱਲਾ ਬੈਠਾ ਸੀਗਾ, ਮੈਂ ਤਾਂ ਲਾਈਵ ਹੋ ਗਿਆ, ਬਾ ਜ਼ਿਆਦਾਤਰ ਪ੍ਰੋਡਿਊਸਰ ਪੁੱਛ ਰਹੇ ਨੇ ਪ੍ਰੋਡਿਊਸਰ ਕਿੱਥੇ। ਪ੍ਰੋਡਿਊਸਰ ਮੇਰਾ ਭਰਾ ਹੈ, ਸਾਰੀ ਉਮਰ ਤੋਂ ਅਸੀਂ ਛੋਟੇ ਹੁੰਦੇ ਤੋਂ ਲੈ ਕੇ ਮੰਨ ਕੇ ਚੱਲ ਅਸੀਂ ਇਕੱਠੇ ਪੜ੍ਹੇ ਹਾਂ, ਇਕੱਠੇ ਬਣ ਕੇ ਚੱਲ ਵੱਡੇ ਹੋਏ ਹਾਂ, ਅਸੀਂ ਚਾਚੇ ਤਾਇਆਂ ਦੇ ਮੁੰਡੇ ਹਾਂ, ਅਸੀਂ ਇਕੱਠੇ ਰਹਿ ਇਕੱਠੇ ਰਹਾਂਗੇ। ਜਿਹਨੇ ਸਾਰੀ ਦੁਨੀਆ ਦਾ ਮੰਨ ਕੇ ਚੱਲ ਮਾਲਕ ਸੀਗਾ, ਸਾਰੀ ਦੁਨੀਆ ਦਾ ਬਾਬਾ ਨਾਨਕ ਜੀ ਮਾਲਕ ਸੀਗਾ, ਦੁਨੀਆ ਨੂੰ ਮੰਨ ਕੇ ਚੱਲ ਸ੍ਰਿਸ਼ਟੀ ਨੂੰ ਤਾਰਨਾ ਸੀਗਾ, ਉਹਨਾਂ ਨੇ ਲੋਕਾਂ ਨੂੰ ਚੰਗਾ ਨਹੀਂ ਸੀ ਕਿਹਾ, ਮੈਂ ਤਾਂ ਉਹਦੇ ਪੈਰਾਂ ਪੈਰਾਂ ਦੀ ਧੂੜ ਵਰਗਾ ਵੀ ਨਹੀਂ ਹੈਗਾ ਗੁਰੂ ਨਾਨਕ, ਤੁਸੀਂ ਉਹਨਾਂ ਨੂੰ ਲੋਕਾਂ ਨੂੰ ਜਵਾਨੇ ਦੇ ਹਿਸਾਬ ਦੇ ਨਾਲ ਗੁਰੂ ਨਾਨਕ ਦੇਵ ਨੂੰ ਨਹੀਂ ਚੰਗਾ ਕਿਹਾ, ਅੱਜ ਤਾਂ ਕੁਛ ਵੀ ਨਹੀਂ ਹੈਗੇ, ਮੈਂ ਤਾਂ ਉਹਦੇ ਪੈਰਾਂ ਨੂੰ ਮਿੱਟੀ ਵੀ ਨਹੀਂ ਹੈਗਾ। ਮਾਫ਼ੀ ਮੰਗਣ ਤੋਂ ਬਾਅਦ ਪ੍ਰੋਡਿਊਸਰ DX ਨੂੰ ਪੁੱਠਾ ਸਿੱਧਾ ਬੋਲਣਾ ਚਾਹੀਦਾ ਹੈ, ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਇਸ ਵੀਡੀਓ ਵਿੱਚ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇਸ ਦੇ ਨਾਲ ਹੀ ਵੀਡੀਓ ਨੂੰ ਲਾਈਕ ਜਾਂ ਡਿਸਲਾਈਕ ਜ਼ਰੂਰ ਕਰਨਾ। ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।